ਡੇਰਾਬੱਸੀ ਬਰਵਾਲਾ ਸੜਕ ਤੇ ਪਿੰਡ ਭਗਵਾਨਪੁਰ ਨੇੜੇ ਲੱਕੜ ਦਾ ਬੁਰਾਦਾ ਸਪਲਾਈ ਕਰਨ ਵਾਲੀ ਫੈਕਟਰੀ ਨੂੰ ਨੇੜਲੀ ਫੈਕਟਰੀ 'ਚੋਂ ਵੈਲਡਿੰਗ ਦਾ ਚਗੇੜਾ ਡਿੱਗਣ ਕਾਰਨ ਅਚਾਨਕ ਭਿਆਨਕ ਅੱਗ ਲੱਗ ਗਈ, ਜਿਸ ਨਾਲ ਗੋਦਾਮ ਦੀਆਂ 20 ਫੁੱਟ ਉੱਚੀਆਂ ਛੱਤ ਦੀਆਂ ਲੋਹੇ ਦੀਆਂ ਚਾਦਰਾਂ ਤੱਕ ਪਿਘਲ ਕੇ ਹੇਠਾਂ ਆ ਡਿੱਗੀਆਂ, ਜਦਕਿ ਸ਼ੈੱਡ ਅਤੇ ਅੰਦਰ ਸਟੋਰ ਕੀਤਾ 15-20 ਟਨ ਲੱਕੜ ਦਾ ਬੁਰਾਦਾ ਸੜ ਕੇ ਸਵਾਹ ਹੋ ਗਿਆ। ਇਸ ਦੀ ਸੂਚਨਾ ਮਿਲਦਿਆਂ ਹੀ ਅੱਗ ਬੁਝਾਊ ਦਸਤੇ ਦੀ ਟੀਮ ਨੇ ਮੌਕੇ 'ਤੇ ਪਹੁੰਚ ਕੇ 6 ਦੇ ਕਰੀਬ ਗੱਡੀਆਂ ਦੀ ਮਦਦ ਨਾਲ ਅੱਗ ਉੱਪਰ ਕਾਬੂ ਪਾਇਆ। ਇਸ ਅੱਗ ਵਿੱਚ ਇੱਕ 31 ਸਾਲਾ ਮਜ਼ਦੂਰ ਜ਼ਖਮੀ ਹੋ ਗਿਆ, ਜਿਸ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਸੈਕਟਰ 32 ਚੰਡੀਗੜ੍ਹ ਵਿਖੇ ਭਰਤੀ ਕਰਵਾਇਆ ਗਿਆ। ਵਿਅਕਤੀ ਨੂੰ ਕੰਮ ਚੱਲ ਰਿਹਾ ਸਰ, ਕਿਸੇ ਵਿਅਕਤੀ ਨੇ ਉਨਕੀ ਚਿੰਗਾਰੀ ਗਿਰੀ ਹੋ ਜਿਸ ਕਹਿੰਦੇ ਸਰ। ਕੀ ਚੀਜ਼ ਕੀ ਚਿੰਗਾਰੀ ਗਿਰੀ ਸੀ ਸਰ? ਇਹ ਆਗ ਕੀ ਚੀਜ਼ ਹੋਈ, ਕੀ ਨਹੀਂ, ਵੈਲਡਿੰਗ ਸੈੱਟ ਕਰ ਰਿਹਾ ਥਾ, ਕਿਆ ਚੀਜ਼ ਚੱਲ ਰਹੀ ਸੀ? ਤੋ ਆਪਕੀ ਫੈਕਟਰੀ ਮੇਂ ਕਿਆ ਬਨਤਾ ਥਾ? ਹਮਾਰੀ ਬਨਤਾ ਕੁਛ ਨਹੀਂ, ਹਮਾਰੇ ਜੋ ਟ੍ਰੇਡਿੰਗ ਕਾ ਕਾਮ ਥਾ ਹਮਾਰਾ, ਫੈਕਟਰੀ ਮੇਂ ਲੱਕੜ ਕਾ ਪਾਊਡਰ ਆਤਾ ਥਾ, ਲੱਕੜ ਪਾਊਡਰ ਸਪਲਾਈ।